ਜਨਵਰੀ ਨੇ ਵੱਡਾ ਟੂਰਨਾਮੈਂਟ ਹੋ ਰਿਹਾ ਬਿੱਟੂ ਭਾਈ ਦੀ ਯਾਦ 'ਤੇ, ਅਤੇ ਆਪਾਂ ਵੀ ਪਹੁੰਚ ਰਹੇ ਸਾਰੇ ਵੀਰ ਪੁੱਛੋ ਉੱਥੇ ਊਮ ਆ ਕੇ ਟੂਰਨਾਮੈਂਟ ਦੀ ਰੌਣਕ ਉਡਾਵੇ ਜੀ। ਦੋਸਤੋ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ 23 ਜਨਵਰੀ 2024 ਨੂੰ ਪਿੰਡ ਦੁਗਾਲ ਵਿਖੇ ਸਵਰਗਵਾਸੀ ਇੰਟਰਨੈਸ਼ਨਲ ਕਬੱਡੀ ਪਲੇਅਰ ਬਿੱਟੂ ਦੁਗਾਲ ਦੀ ਯਾਦ ਨੂੰ ਸਮਰਪਿਤ ਇੱਕ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜੋ ਪਿੰਡ ਦੁਗਾਲ ਜ਼ਿਲ੍ਹਾ ਪਟਿਆਲੇ ਵਿਖੇ, ਜਿੱਥੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 1,00,000 ਰੁਪਇਆ, ਦੂਸਰਾ ਇਨਾਮ 75,000 ਰੁਪਇਆ ਹੋਵੇਗਾ ਬੈਸਟ ਹੈੱਡ ਅਤੇ ਬੈਸਟ ਜਾਫੀ ਦੇ ਲਈ, 51,000 ਰੁਪਏ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਅਤੇ ਨਾਲ ਹੀ ਦੋਸਤੋ ਕਬੱਡੀ ਓਪਨ ਦਾ ਪਹਿਲਾ ਇਨਾਮ 1,00,000 ਰੁਪਇਆ ਸਵਰਗਵਾਸੀ ਬਿੱਟੂ ਦੁਗਾਲ ਦੇ ਪਰਿਵਾਰ ਵੱਲੋਂ ਪਹਿਲਾ ਇਨਾਮ ਕਬੱਡੀ ਖਿਡਾਰੀਆਂ ਨੂੰ ਦਿੱਤਾ ਜਾਵੇਗਾ। ਅਤੇ ਨਾਲ ਹੀ ਦੋਸਤੋ ਇੱਥੇ ਚੋਟੀ ਦੀਆਂ ਟੀਮਾਂ ਹੋਰ ਵੀ ਪੁੱਜ ਰਹੀਆਂ ਹਨ, ਜਿਵੇਂ ਬਾਹੂ ਅਕਬਰਪੁਰ ਦੀ ਟੀਮ ਜਿਹਦੇ ਵਿੱਚ ਸ਼ੀਲੂ ਬਾਹੂ ਅਕਬਰਪੁਰ, ਅੰਬਾਸੁਰ ਸਿੰਘ, ਦੀਪਤ ਬੁਰਜੀ, ਰੱਜੀ ਭੁੱਲਣ ਅਤੇ ਮਨੀਸ਼ ਬਲਾਰਾ ਵਰਗੇ ਪਲੇਅਰ ਖੇਡਣਗੇ। ਅਤੇ ਨਾਲ ਹੀ ਦੋਸਤੋ ਸੁਰਖਪੁਰ ਦੀ ਟੀਮ ਵੱਲੋਂ ਵੀ ਵੱਡੀ ਅਨਾਊਂਸਮੈਂਟ ਕੀਤੀ ਗਈ ਹੈ, ਤੁਸੀਂ ਇਹ ਵੀਡੀਓ ਦੇ ਵਿੱਚੋਂ ਅਨਾਊਂਸਮੈਂਟ ਸੁਣ ਲਓ, ਅਤੇ ਉਹ ਵੀ ਆਪਣੀ ਟੀਮ ਲੈ ਕੇ ਪੁੱਜ ਰਹੇ ਹਨ। ਅਤੇ ਨਾਲ ਹੀ ਜੱਗੂ ਹਾਕਮ ਵਾਲੀ ਦੇ ਖੇਡਣ ਦੇ ਵੀ ਇਸ ਕਬੱਡੀ ਕੱਪ 'ਤੇ ਪੂਰੇ ਪੂਰੇ ਚਾਂਸ ਹਨ। ਵੀਡੀਓ ਚੰਗੀ ਲੱਗਣ 'ਤੇ ਸ਼ੇਅਰ ਜ਼ਰੂਰ ਕਰਨਾ, ਇੰਜੋਏ ਕਰੋ ਇਹ ਵੀਡੀਓ। ਚਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਦਾਸ ਮੱਖਣ ਮੱਖੀ, ਮੇਰੇ ਨਾਲ ਭਾਅ ਜੀ ਸੰਦੀਪ ਸੁਰਖਪੁਰ, ਯਾਦਾ ਸੁਰਖਪੁਰ, ਨਾਲ ਭਾਅ ਜੀ ਰੁਪਿੰਦਰ ਜਲਾਲ ਅਤੇ ਸਾਡੇ ਬਿੱਟੂ ਭਰਾ ਦੇ ਵੱਡੇ ਭਰਾ ਜੀ। ਅਤੇ ਬੇਨਤੀ ਸੀਗੀ 23 ਜਨਵਰੀ ਨੂੰ ਪਿੰਡ ਦੁਗਾਲ ਵਿਖੇ ਬਿੱਟੂ ਭਾਅ ਜੀ, ਸਰੋਵਰ ਭਾਅ ਜੀ ਦੀ ਯਾਦ 'ਚ ਬਹੁਤ ਵਧੀਆ ਵੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ। ਅਸੀਂ ਸਾਰੇ ਆਪਣੀ ਟੀਮ ਸੁਰਖਪੁਰ ਦੀ ਲੈ ਕੇ ਉੱਥੇ ਪਹੁੰਚਾਂਗੇ, ਅਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਹੁੰਮ ਹੁਮਾ ਕੇ ਟੂਰਨਾਮੈਂਟ 'ਤੇ ਪਹੁੰਚੋ ਅਤੇ ਕਬੱਡੀ ਦਾ ਆਨੰਦ ਮਾਣੋ। ਧੰਨਵਾਦ।